ਇੰਨੇ ਨਖਰੇ ਕਰਨੇ ਹੁੰਦੇ ਆ ਪੁੱਤ, ਉਹਨਾਂ ਚਿਹਰੇ ਦੀ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਹਰੇ ਨੂੰ ਆ ਦਿਖੇ ਨਾ। ਸੜਕਾਂ ਤੇ ਸੈਰ ਕਰਦੇ ਫਿਰਦੇ ਹਸਬੈਂਡ ਵਾਈਫ। ਚਲੋ ਜੀ ਰੌਣਕ ਮੇਲਾ ਚੱਲਿਆ ਵਾਪਸ, ਪਾਰਟੀ ਹੋ ਗਈ ਤੇ ਰੌਣਕ ਮੇਲਾ ਹੁਣ ਸੁਨਸਾਨ ਹੋ ਜੂ ਘਰ। ਬਹੁਤ ਰੂਹ ਖੁਸ਼ ਹੋਈ ਹੈ, ਅਸੀਂ ਦਿਲੋਂ ਜਿਹੜਾ ਇਹ ਮਨਾਇਆ ਗਾ ਤਾੜੀ ਮਾਰ ਕੇ ਕਹੋ ਹੈਪੀ ਬਰਥਡੇ, ਤਾੜੀ ਮਾਰੋ। ਹੈਪੀ ਬਰਥਡੇ ਬੂਆ ਜੀ, ਗੋਡ ਬਲੈਸ ਯੂ, ਲਵ ਯੂ, ਮਿਸ ਯੂ। ਏ ਸ਼ਬੂ ਸੀ ਜੀ ਤੋਂ ਯਾ ਤੇ ਸੇ ਮੈਨੂੰ ਵੀ ਅੱਗੇ ਕਰਾਸ ਸੀ। ਅੱਜ ਸੁੱਤੇ ਨਹੀਂ ਸੀ ਤੁਸੀਂ? ਅੱਜ ਸੁੱਤੇ ਨੂੰ ਬੂਆ ਨੂੰ ਵਿੱਚ ਕਰਨੀ ਹੈ। ਹੈਪੀ ਬਰਥਡੇ ਬੂਆ ਜੀ, ਗੋਡ ਬਲੈਸ ਯੂ, ਬਾਬਾ ਜੀ ਸਾਡੀ ਤਰੱਕੀ ਕਰੇ। ਰੱਬ ਤੈਨੂੰ ਖੂਬ ਸਾਰੀਆਂ ਤਰੱਕੀਆਂ ਦੇਵੇ, ਖੂਬ ਖੂਬ ਕਾਮਯਾਬ ਹੋਵੇ ਆਪਦੀ ਲਾਈਫ ਚ, ਤੇ ਜਲਦੀ ਜਲਦੀ ਸਾਨੂੰ ਮਿਲਣ ਆਵੇ ਇੰਡੀਆ। ਹੈਪੀ ਬਰਥਡੇ ਮੇਰੀ ਭੈਣ, ਹੈਪੀ ਬਰਥਡੇ, ਗੋਡ ਬਲੈਸ ਯੂ, ਲਵ ਯੂ, ਮਿਸ ਯੂ। ਜਲਦੀ ਜਲਦੀ ਆਪਾਂ ਮਿਲੀਏ, ਪਾਰਟੀ ਕਰੀਏ। ਹੈਪੀ ਬਰਥਡੇ, ਕਲੈਪਿੰਗ ਕਰੋ, ਕਲੈਪਿੰਗ। ਪਿਛਲਾ ਬਰਥਡੇ ਅਸੀਂ ਇੱਥੇ ਤੇਰੇ ਵਾਸਤੇ ਸਰਪ੍ਰਾਈਜ਼ ਪਲੈਨ ਕੀਤਾ ਸੀਗਾ ਮੈਂ, ਤੈਨੂੰ ਯਾਦ ਹੈ ਨਾ ਜਦੋਂ ਬੂਆ ਇੱਥੇ ਸੀ ਇੰਡੀਆ 'ਚ, ਜਦੋਂ ਬੂਆ ਨੂੰ ਕੁਛ ਵੀ ਨਹੀਂ ਪਤਾ ਸੀ, ਬੂਆ ਸ਼ੌਕਿੰਗ ਹੋ ਗਈ ਸੀ, ਬੂਆ ਦੇ ਫਰੈਂਡਸ ਬੂਆ ਨੂੰ ਮਿਲਣ ਆਏ ਸੀ ਬੂਆ ਦੇ ਬਰਥਡੇ ਤੇ। ਹਾਂ ਰਾਈਟ ਰਾਈਟ, ਤੁਸੀਂ ਬੂਆ ਸੀ, ਬੂਆ ਦੀ ਸਹੇਲੀਆਂ ਨਹੀਂ ਬੁਲਾਈਆਂ ਸੀ ਮੰਮਾ ਨੇ? ਸਾਰੀਆਂ ਮਾਨਸੀ ਬੂਆ ਸਾਰੇ ਜਣੇ ਨੱਚ ਕੇ ਗਏ ਸੀ, ਬੂਆ ਦਾ ਬਰਥਡੇ ਸੈਲੀਬ੍ਰੇਸ਼ਨ ਕਰਕੇ ਗਏ ਸੀ, ਬਟ ਬੂਆ ਨੂੰ ਪਤਾ ਹੀ ਨਹੀਂ ਸੀਗਾ ਕਿ ਘਰੇ ਕਿਸੇ ਨੇ ਆਉਣਾ ਗਾ ਮੇਰੇ ਬਰਥਡੇ ਤੇ। ਇਸ ਵਾਰ ਅਸੀਂ ਉਹ ਸਾਰਾ ਕੁਛ ਮਿਸ ਕਰਾਂਗੇ, ਹੋ ਸਕਦਾ ਕੁਛ ਉਦੋਂ ਵਧੀਆ ਹੋ ਜੇ, ਹੋ ਸਕਦਾ ਕਿ ਨਾ ਵਧੀਆ ਹੋਵੇ, ਪਰ ਜੋ ਵੀ ਹੋਇਆ ਕਰਾਂਗੇ ਤੇਰੇ ਲਈ। ਬੂਆ ਦੀ ਬੂਆ ਨੇ ਫਲਾਈਟ ਕਰ ਲਈ ਤਾਂ ਇੱਥੇ ਆਂਦੀ, ਸਵੇਰ ਨੂੰ ਪਹੁੰਚੀ ਭਾਈ ਫਲਾਈਟ ਕਰਕੇ। ਬੂਆ ਦਾ ਪਰਸੋਂ ਤੱਕ ਪਹੁੰਚਣਗੇ, ਪਹੁੰਚਣਗੇ ਤਾਂ। ਮੈਂ ਕਿਹਾ ਸੀ ਉਹ ਮੇਰੇ ਬਾਈ ਲਵ ਯੂ, ਮੈਂ ਕਿਹਾ ਸੀ ਉਹ ਮੇਰੇ ਬਰਥਡੇ ਦਾ ਕਰਨ, ਗੁੰਡੂ ਦੇ ਬਰਥਡੇ ਦਾ ਕਰਾ ਕੇ ਦੇ ਦੇ। ਹੈਪੀ ਬਰਥਡੇ ਬੰਸ ਅਗੇਨ, ਹੈਪੀ ਬਰਥਡੇ ਬੂਆ, ਹੁਣ WhatsApp ਤੇ ਕਰਦੇ ਆ ਭਾਈ ਅਸੀਂ। ਹੈਪੀ ਬਰਥਡੇ ਬੰਸ ਅਗੇਨ। ਲਓ ਜੀ ਜਵਾਕ ਕਹਿੰਦੇ ਬੂਆ ਦੇ ਬਰਥਡੇ ਦੀ ਪਾਰਟੀ ਕਰਨੀ ਆ ਰਾਤ ਨੂੰ, ਫਿਰ ਸਾਡੇ ਕੋਲ ਇਹ ਹੀ ਪਈਆਂ ਸੀ ਕੁਕੀਜ਼ ਬਿਸਕਿਟਸ, ਮੈਂ ਕਿਹਾ ਚਲੋ ਇਹਦੀ ਹੀ ਕਰ ਲਓ, ਇੱਕ ਇੱਕ ਖਾ ਲਓ ਸਾਰੇ ਜਾਣੇ। ਹੈਪੀ ਬਰਥਡੇ ਨੇ ਹਾਂ, ਅਸੀਂ ਰਾਤ ਨੂੰ ਪਾਰਟੀ ਕਰ ਲਈ ਤੇਰੇ ਬਰਥਡੇ ਦੀ।
ਹੈਪੀ ਬਰਥਡੇ ਹੈਪੀ ਬਰਥਡੇ ਗੁਨੂ ਚ ਬਾਬਾ ਆ ਗਿਆ ਗੁਨੂ ਚ ਗੁਨੂ ਚ ਬਾਬਾ ਆ ਗਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਹੈਪੀ ਹੈਪੀ ਬਰਥਡੇ ਕਿੱਥੇ ਸੀਗਾ ਕੰਮ ਤੇ ਅਸੀਂ ਆ ਰਹੇ ਹਾਂ ਪਾਰਟੀ ਤੇ ਕਿੰਨੇ ਵਜੇ ਆ ਪਾਰਟੀ ਇਸ ਵਾਰੀ ਕੈਨਸਲ ਆ ਨੋ ਕੈਨਸਲ ਅਸੀਂ ਤਾਂ ਹੁਣ ਟਿਕਟਾਂ ਕਰਾ ਲਈਆਂ ਅਸੀਂ ਤਾਂ ਬਸ ਚੜ੍ਹਨ ਹੀ ਲੱਗੇ ਹਾਂ ਫਲਾਈਟ ਠੀਕ ਆ ਓਕੇ ਗ੍ਰੈਂਡ ਪਾਰਟੀ ਚਾਹੀਦੀ ਹੈ ਸਾਨੂੰ ਗ੍ਰੈਂਡ ਪਾਰਟੀ ਤੁਸੀਂ ਕਰ ਹੀ ਲੈਣੀ ਹੈ ਤੇ ਅਸੀਂ ਆਪਦੀ ਕਰਾਂਗੇ ਅਸੀਂ ਕੈਨੇਡਾ ਵਾਲਿਆਂ ਦੀ ਵੀ ਕਰਨੀ ਹੈ ਉੱਥੇ ਜਾ ਕੇ ਵੀ The next morning ਗੁੱਛੀ ਹੋ ਗਈ ਗੁੱਛੀ ਹੋ ਗਈ ਭਾਈ ਮੈਂ ਇਹਨਾਂ ਨੂੰ ਉਠਾਇਆ ਸੀ ਦੋਨਾਂ ਨੂੰ ਗੁਰਨੂੰ ਪਹਿਲਾਂ ਉੱਠ ਕੇ ਭੱਜ ਗਿਆ ਚੈਬੂ ਰਹਿ ਗਿਆ ਪਿੱਛੇ ਚੈਬੂ ਨੂੰ ਆ ਗਿਆ ਗੁੱਛਾ ਚੈਬੂ ਨੂੰ ਆ ਗਿਆ ਗੁੱਛਾ ਚੈਬੂ ਨੂੰ ਆ ਗਿਆ ਗੁੱਛ ਚੈਬੂ ਨੂੰ ਅੱਜ ਪਾਰਟੀ ਨਹੀਂ ਕਰਨੀ ਆਪਾਂ ਠੀਕ ਹੈ ਚੈਬੂ ਠੀਕ ਹੈ ਚੈਬੂ ਅੱਜ ਆਪਾਂ ਪਾਰਟੀ ਨਹੀਂ ਕਰਨੀ ਅੱਜ ਆਪਾਂ ਪਾਰਟੀ ਨਹੀਂ ਚੈਬੂ ਨੂੰ ਦੇਣੀ ਐਂ ਲੁੱਕ ਜਾਂਦਾ ਹੈ ਸਾਡਾ ਮੁੰਡਾ ਗੁੱਡ ਮਾਰਨਿੰਗ ਗਾਈਜ਼ ਗੁੱਡ ਮਾਰਨਿੰਗ ਹੋ ਗਈ ਅਸੀਂ ਉੱਠ ਗਏ ਹਾਂ ਆਹ ਸੈਬੂ ਸਾਡਾ ਉੱਠਦਾ ਨਹੀਂ ਆਪਾਂ ਇਹਨੂੰ ਦੱਸਣਾ ਨਹੀਂ ਕਿ ਆਪਾਂ ਕੀ ਬਣਾਉਣਾ ਆ ਜਾ ਦੱਸਾਂ ਗੁਰਨੂੰ ਤਾਂ ਬਾਹਰ ਆ ਬ੍ਰਸ਼ ਕਰੀ ਜਾਂਦੇ ਕੌਰ ਕੰਡੇ ਕੌਰ ਕੰਡੇ ਚੂਹੇ ਲੰਡੇ ਕੌਰ ਕੰਡੇ ਚੂਹੇ ਲੰਡੇ ਚਾਹ ਕੀ ਖਾਣਾ ਫਿਰ ਅੱਜ ਬੂਆ ਦੇ ਬਰਥਡੇ 'ਤੇ ਬੂਆ ਦੇ ਬਰਥਡੇ 'ਤੇ ਕੀ ਖਾਣਾ ਗੁਰੂ ਨੂੰ ਪੁੱਛ ਲਾ ਫਿਰ ਪੁੱਛ ਲਾ ਤੂੰ ਨਹੀਂ ਖਾਣਾ ਪੱਕਾ ਚੱਲ ਗੁਰੂ ਨੂੰ ਖਵਾਵਾਂਗੇ ਅਸੀਂ ਇਹ ਕਹਿੰਦਾ ਗੁਰੂ ਨੂੰ ਪੁੱਛ ਲਾ ਵਾਓ ਕੀ ਬਾਤ ਹੈ ਜੀ ਕੀ ਬਾਤ ਹੈ ਗੁੱਡ ਮਾਰਨਿੰਗ ਹੋਈ ਸਾਡੀ ਆਲੂਆ ਤੋਂ ਬੈਸਟ ਬੈਸਟ ਆਲੂਆ ਦੀ ਵੈਲਕਮ ਬੈਕ ਇਨ ਆਵਰ ਨਿਊ ਬਲੌਗ ਇਨ ਨਿਊ ਡੇ ਕੁਝ ਵੀ ਨਹੀਂ ਹੈ ਖਾਲੀ ਪਲੇਟ ਹੈ ਗੁੱਡ ਮਾਰਨਿੰਗ ਹੋ ਗਈ ਸੀ ਕਿ ਰਾਤ ਹੀ ਹੋ ਗਈ ਸੀ ਹਨਾ ਬਾਰਾ ਮੰਮੀ ਦੱਸੋ ਆ ਜਾਂਦੇ ਮੰਮੀ ਆਉਣਗੀ ਨਾ ਮੇਰੀ ਮੰਮੀ ਆਊਗੀ ਉਹਨੂੰ ਦੱਸੂਗਾ ਕਿ ਮਾਰਦੀ ਹੈ ਚੰਗਾ ਕਰਦੀ ਕਿਉਂ ਹੈ ਆਹ ਤੁਸੀਂ ਪਰੌਂਠੀ ਖਾਣੀ ਆ ਅਸੀਂ ਤਾਂ ਰੋਟੀ ਖਾਣੀ ਆ ਮੈਂ ਕਿੱਥੋਂ ਦਾ ਮਰਦੀ ਤੇ ਰੋਟੀ ਰੋਟੀ ਖਾਣੀ ਆ ਬੁੱਢਾ 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 ਠੀਕ ਉੱਤੇ ਕੁੜੀਆਂ ਕੁੜੀਆਂ ਹਾਂ ਇਹ ਤਾਂ ਰੁੱਕੀ ਖਾਈ ਜਾਂਦਾ ਇਹ ਕੀ ਹੈ ਹੁਣ ਸਬਜ਼ੀ ਦੇ ਛੱਡ ਆਉਣੇ ਸਬਜ਼ੀ ਨਾਲ ਨਹੀਂ ਖਾਣੀ ਪੁੱਤ ਇਹ ਖਾਂਦਾ ਹੀ ਨਹੀਂ ਆ ਜਾਂਦੇ ਤੇਰੀ ਘਰ ਵਾਲੀ ਤੇਰੇ ਪਿਓ ਨੂੰ ਵੀ ਤੇਰੀ ਕੋਈ ਘਰ ਵਾਲੀ ਨਹੀਂ ਸੁਧਾਰਿਆ ਕੀ ਸੁਧਾਰਿਆ ਤੈਨੂੰ ਸਾਰੀਆਂ ਸਬਜ਼ੀਆਂ ਖਵਾਉਂਗੀ ਆ ਨਹੀਂ ਖਾਣਾ ਮੈਂ ਉਹ ਨਹੀਂ ਖਾਣਾ ਹੁਣ ਸਾਰੀਆਂ ਸਬਜ਼ੀਆਂ ਖਾਣ ਲੱਗ ਗਏ ਨੇ ਸੈਬੂ ਨਾਲ ਵੀ ਆਈ ਹੋਣੀ ਰੋਟੀ ਮੂੰਹ ਬੰਦ ਲਿਆ ਗਈ ਮੈਂ ਆਉਂਦੀ ਆ ਸ਼ਰਤਾਂ ਨਹੀਂ ਕਰਨੀਆਂ ਸੁਣ ਗਏ ਸੈਬੂ ਕੀ ਦੇਖੇਗਾ ਨਾਰੀਅਲ ਦੇ ਤੇਲ
ਇੱਥੇ ਪੱਥਰ ਪਿਆ ਸੀ, ਪੱਥਰ ਮੇਰੇ ਪਤੀ ਦੇਵ, ਮੇਰੇ ਪਿਆਰੇ ਪਤੀ ਦੇਵ ਜੀ, ਤੁਸੀਂ ਰੱਖੇ ਸੀ? ਹੈਲੋ, ਅੱਜ ਤਾਂ ਨਹੀਂ ਆਏ ਗੱਡੀ ਥੱਲੇ ਡੋਗੀ? ਗਾਈਸ, ਥੋੜ੍ਹੀ ਜਿਹੀ ਸ਼ੋਪਿੰਗ ਕਰਕੇ ਆਉਂਦੀ ਹਾਂ। ਅੱਜ ਮੇਰੀ ਨਨਾਣ ਦਾ ਬਰਥਡੇ ਹੈ, ਬਰਥਡੇ ਦੀ ਤਿਆਰੀਆਂ ਕਰ ਲਈਏ ਆਪਾਂ। ਮੇਰੀ ਸੱਸ ਮਾਂ ਕਹਿੰਦੀ ਤੂੰ ਮੈਨੂੰ ਸੂਟ ਨਹੀਂ ਦਵਾ ਕੇ ਲਿਆਉਂਦੀ, ਤੂੰ ਜਾਂਦੀ ਨਹੀਂ ਮੇਰੇ ਨਾਲ ਬੁਟੀਕ 'ਤੇ। ਮੈਂ ਕਿਹਾ ਮੈਂ ਸਮਾਨ ਲਿਆ ਵਾਂ, ਫਿਰ ਅੱਜ ਮਾਤਾ ਨੂੰ ਵੀ ਲੈ ਕੇ ਜਾਣਾ ਬੁਟੀਕ 'ਤੇ, ਸੂਟ ਬਣਨੇ ਦੇ ਕੇ ਆਵਾਂਗੇ। ਸੂਟ ਉਹ ਮੈਂ ਤੁਹਾਨੂੰ ਦੱਸੂ ਕਿੰਨੇ ਬਣਨੇ ਦੇ। ਮੰਮੀ ਨੇ ਤਾਂ ਇੱਕ ਦੋ ਹੀ ਦੇਣੇ ਹੋਣੇ, ਆਪਾਂ ਦੇ ਆਵਾਂਗੇ ਚਾਰ ਪੰਜ, ਕਿਉਂਕਿ ਜੋ ਜਾਣਾ ਹੀ ਆ ਫਿਰ। ਪਰ ਵਾਹਵਾ ਸਾਰੇ ਤਾਂ ਸਵਾਈ ਜਾਣ। ਜਨਾਬ ਜੀ, ਮੈਂ ਕਿੰਨੇ ਸੂਟ ਦੇ ਆਵਾਂ, ਕਿੰਨੇ ਸੂਟ ਦੇ ਆਵਾਂ ਬਣਨੇ? ਇੱਕ ਮੈਂ ਜਾਂਦੀ ਨਹੀਂ, ਮੈਂ ਘਰੇ ਠੀਕ ਹਾਂ। ਸਹੀ ਸਹੀ ਦੱਸੋ, ਸੱਸ ਨਾਲ ਜਾਣਾ, ਸੱਸ ਦਵਾਊਗੀ ਸੱਸ ਦਵਾਊਗੀ 10-12 ਦੇ ਆ, 10-12 ਮੇਰੇ ਘਰ ਵਾਲਾ ਕਹਿੰਦਾ 10-12 ਦੇ ਆ, 10-12 ਸੂਟ ਹੀ ਦੇ ਕੇ ਆਉਣੇ ਆ ਗਾਈਸ। ਚਲੋ ਮੂੰਹ ਬੰਨ ਲੈਂਦੇ, ਫਿਰ ਕਹੂੰਗੀ ਮੈਂ ਤੱਤੀ ਹਵਾ ਲਵਾਤੀ। ਕਾਫੀ ਸੋਹਣੀ ਸਮੈਲ ਲੱਗ ਗਈ। ਕੀ ਬਣਾਇਆ? ਪਨੀਰ। ਖੀਰ। ਪਨੀਰ ਤੁਹਾਨੂੰ ਨਹੀਂ ਪਤਾ? ਆ ਦੇਖ ਪਨੀਰ। ਅੱਛਾ ਖੀਰ, ਮੈਂ ਕਿਤੇ ਪਨੀਰ ਕਹੀ ਜਾਂਦਾ ਤੋਂ। ਹਲਾ ਦੇ ਮਿਕਸ ਕਰਦੇ, ਮਲਾਈ ਆ ਗਈ, ਇਹ ਨਹੀਂ ਖਾਂਦੇ ਆਪਾਂ। ਪਾਪਾ ਤੋਂ ਨਹੀਂ ਖਾ ਲੈਂਦੇ ਕੱਦੂ ਚ, ਇੰਨੇ ਨਖਰੇ ਕਰਨੇ ਹੁੰਦੇ ਆ ਪੁੱਤ, ਉਹਨਾਂ ਚਿਰ ਰੋਟੀ ਨਹੀਂ ਹਜ਼ਮ ਹੁੰਦੀ ਜਿੰਨਾ ਚਿਰ ਇਹਨੂੰ ਆ ਦੇਖੇਣਾ। ਆਏ ਧਮਕੇ ਦਿੰਦੀ ਆ, ਮੈਨੂੰ ਆਏ ਧਮਕੇ ਦਿੰਦੀ ਆ, ਚੱਕ ਕੇ ਲੈ ਜਾਣਾ ਤੈਨੂੰ। ਇਹ ਸਰਪ੍ਰਾਈਜ਼ ਆ ਬਈ, ਸਾਡੇ ਗੈਸਟ ਵਾਸਤੇ ਸਰਪ੍ਰਾਈਜ਼ ਮੈਡਮ ਨੇ ਬਣਾਇਆ। ਮਿੱਠੇ 'ਚ ਖੀਰ ਮਹੱਲੇ ਵਾਲਿਆਂ ਨੂੰ ਬੁਲਾਵਾਂਗੇ, ਅਲੱਗ ਜਿਹੀ ਚੀਜ਼ ਖਵਾਵਾਂਗੇ, ਉਹ ਵੀ ਘਰੇ ਘਰ ਦੀ ਬਣਾ ਕੇ। ਗੱਲ ਕਰ ਲਾ ਵੋਟਾਂ ਵਾਲੇ। ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ, ਆਪਣੇ ਸਟੇਟ ਪੰਜਾਬ ਦਾ। ਉਹ ਤਰਸੇਮ ਜੱਸੜ ਦਾ ਫੋਨ ਆਇਆ, ਪੰਜਾਬੀ ਸਿੰਗਰ ਦਾ, ਲੋਕ ਸਭਾ ਚੋਣਾਂ ਦੇ ਵਿੱਚ ਤਰਸੇਮ ਜੱਸੜ ਦਾ। ਤਾਂ ਕਹਿ ਮੈਂ ਗੁੰਨੂ ਬੋਲਦੀ ਆ, ਮੈਂ ਗੁੰਨੂ ਬੋਲਦੀ ਆ, ਤਸੇਮ ਜੱਸੜ ਜੀ ਜਿਹੜੇ ਗਾਣੇ ਗਾਉਂਦੇ ਆ। ਤਸੇਮ ਜੱਸੜ ਕਿਆ ਗੁੰਨੂ, ਗੁਰਜੀਤ ਕੌਰ ਗੁੰਨੂ? ਅੱਛਾ, ਲੈ ਦੱਸਣਾ ਤਾਂ ਸੀ ਮੈਂ ਪਕੜਾ ਪਾਉਣੀ ਆ, ਤੈਨੂੰ ਵੀਡੀਓ 'ਚ ਲੈ ਲੈਂਦੇ। ਤਸੇਮ ਜੱਸੜ ਸੀਗਾ, ਜਾ ਯਾਰ ਫੋਨ ਆਇਆ ਜੀ ਤੈਨੂੰ, ਫੋਨ ਹੁਣ ਨਹੀਂ ਮਿਲਦਾ ਸਿੰਗਰਾਂ ਦਾ। ਤੈਨੂੰ ਤਾਂ ਆਇਆ ਸੀਗਾ, ਉਦੋਂ ਗੱਲ ਨਹੀਂ ਕੀਤੀ, ਉਦੋਂ ਗੱਲ ਨਹੀਂ ਕੀਤੀ। ਸੇਮ ਦੱਸੜ, ਸੇਮ ਦੱਸੜ ਲੈ ਕਹਿੰਦੀ, ਸੇਮ ਦੱਸੜ, ਤਰਸੇਮ, ਸੇਮ ਨਹੀਂ ਤਰਸੇਮ, ਚਾਰੇ ਦਾ ਨਾਂ ਗਲਤ ਸੁਣਾਤਾ। ਹੁਣ ਨਹੀਂ ਮਿਲਣਾ ਪੁੱਤ, ਪੰਜਾਬੀ ਸਿੰਗਰਾਂ ਦਾ ਐਂ ਨਹੀਂ ਮਿਲਦਾ ਫੋਨ, ਐਂ ਆ ਵੱਡੇ ਵੱਡੇ ਸਿੰਗਰਾਂ ਨੂੰ ਨੰਬਰ ਦਿੱਤੇ ਹੋਏ ਮੇਰੇ। ਹਾਂ
ਉਹਨੂੰ ਤਾਂ ਤੂੰ ਕੀਤੀ ਨੀ, ਉਹਨੂੰ ਤਾਂ ਤੂੰ ਸੰਗ ਮਾਰ ਗਈ ਸਾਬੂ ਵਾਲੀ। ਹੁਣ ਤੂੰ ਕਹਿੰਦੀ ਮੈਂ ਫੋਨ ਲਾ ਲਾ। ਗਾਇਸ 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 ਮੇਰੀ ਸੰਗ ਇਹਦੇ ਵਿੱਚ ਚਲੀ ਗਈ, ਇਹਦੀ ਬਾਹਰ ਆ ਗਈ। ਹੁਣ ਕਿੱਥੇ ਜਾਣਾ? ਇੰਨੀ ਧੁੱਪ ਚ ਗਰਮੀ ਨੀ ਲੱਗਦੀ, ਧੁੱਪ ਨੀ ਲੱਗਦੀ? ਰਾਖੀ ਤੇ ਜਾ ਉਡੋ, ਰੱਖਿਆ ਕਰਾ ਲੋ। ਅੱਜ ਮੈਂ ਤੇ ਮੰਮੀ ਸ਼ਾਪਿੰਗ ਕਰਕੇ ਆਏ ਹਾਂ। ਦੇਖੋ ਅਸੀਂ ਬੱਚੇ ਵਾਸਤੇ ਕੁਛ ਖਾਣ ਨੂੰ ਲੈ ਕੇ ਜਾਂਦੇ ਹਾਂ। ਕਿੰਨਾ ਟਾਈਮ ਹੋ ਗਿਆ ਸਾਨੂੰ ਆਇਆਂ ਨੂੰ, ਆਰਾਮ ਨਾਲ ਬੈਠੇ ਹੋਣੇ, ਏਸੀ 'ਚ ਟੀ ਵੀ ਦੇਖੀ ਜਾਂਦੇ ਹੋਣੇ, ਵੇਟ ਕਰ ਰਹੀ ਹੈ ਸਾਡੀ ਆਰਡਰ ਦੀ। ਗਾਇਸ ਗਾਇਸ ਮੰਮਾ ਹੀ ਗਏ ਸੀਗੇ ਸ਼ੋਪਿੰਗ ਕਰਨ। ਉਹ ਦੇਖੋ ਆ ਗਏ, ਕੀ ਲੈ ਕੇ ਆਇਆ। ਕਿਆ ਲੈ ਕੇ ਆਏ ਹੋ ਬੇਟਾ ਜੀ? ਹਾਂ ਇਤਨੀ ਸ਼ੋਪਿੰਗ, ਓ ਮਾਈ ਗੋਡ ਇਤਨੀ ਸ਼ੋਪਿੰਗ। ਤੂੰ ਬਾਊਲ ਲੈ ਕੇ ਆਇਆ ਸੈਲੋ ਦੇ, ਇੱਕ ਬੜਾ ਸਾਈਜ਼ ਇੱਕ ਛੋਟਾ ਸਾਈਜ਼, ਆ ਸਪੂਨ ਵਾਲਾ ਇੱਕ ਹੋਰ ਸੀ ਜਾਣ। ਇਹ ਸਪੂਨਸ ਆ, ਆ ਵੀ ਆ। ਜਲਦੀ 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 ਜਲਦੀ, 12-12 ਪੀਸ ਆ, 24 ਆ। ਅਸੀਂ ਘਰ ਦੇ ਸਮਾਨ 'ਚ ਖਵਾਵਾਂਗੇ, ਅਸੀਂ ਡਿਸਪੋਜ਼ਲ 'ਚ ਨਹੀਂ ਖਵਾਉਂਦੇ। ਇਹ ਆ ਨਿਊ ਕੱਪ ਸੁਣੇ, ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ। ਇਹਦੇ 'ਚ ਤਾਂ ਨਿੱਕਾ ਮੋਟਾ ਸਮਾਨ ਆਇਆ, ਇਹ ਤਾਂ ਦਾਦੀ ਦਾ ਹੀ ਹੋਊਗਾ। ਬਹਿ ਜਾ, ਆ ਜਨਾਬ ਜੀ ਵਾਸਤੇ ਲੈ ਕੇ ਆਏ ਗਾਈਜ਼, ਮੈਂ ਜਨਾਬ ਜੀ ਆ ਪਾ ਕੇ ਜਾਇਆ ਕਰ। ਖੜ ਜਾ, ਇਹ ਨਹੀਂ ਦੇ ਆ ਮੰਮੀ ਦੇ ਨਾਈਟ ਸੂਟਸ ਪ੍ਰਿੰਟਡ ਆਲੇ ਦੇ, ਇਹ ਵੀ ਜਨਾਬ ਜੀ ਦੀ। ਆ ਮੇਰੀ ਮਿਲ ਗਈ, ਤੇਰੇ ਅੱਗੇ ਲੈ ਕੇ ਆਉਣਾ ਸੀਗਾ। ਦਾਦੀ ਨੂੰ ਕਹਿ ਸਹੀ ਆਈਏ। ਕੀ ਲੈਣਾ ਬੋਲ ਕੇ ਤਾਂ ਦੱਸ, ਦੱਸੇਗਾ ਤਾਂ ਫੇਰ ਹੀ ਆ। ਹਾਂ ਤਾਂ ਕਰਕੇ ਅੱਜ ਕੋਈ ਬੋਲ ਨਹੀਂ ਸਕਦਾ। ਉਹ ਲਿਫਾਫਾ ਤੂੰ ਉਹਦੇ ਸ਼ੂਜ਼ ਲੈ ਕੇ ਆਇਆ, ਮੈਂ ਤੈਨੂੰ ਕਿਹਾ ਤੂੰ ਕਿਉਂ ਲੈ ਕੇ ਆਇਆ, ਤੂੰ ਫਲਾਨੀ ਚੀਜ਼ ਲੈ ਕੇ ਆਇਆ, ਮੈਂ ਤੈਨੂੰ ਕਿਹਾ। ਇਹ ਬਾਕੀ ਨਿੱਕਾ ਚੁੱਕਾ ਆਵੇ ਗਨੂ
ਮਾਫਲਰ ਮੇਰਾ ਹੋਰ ਤੇਰਾ ਮੈਂ ਖੋਲਾਂ ਖੋਲਣਾ ਨਹੀਂ ਆਈ ਲੈ ਚੱਲਾਂਗੇ ਨਾਲ ਉੱਥੇ ਸਹੀ ਹੈ ਪਾ ਕੇ ਦੇਖਿਓ ਸ਼ਾਰਟ ਚ ਹੈ ਪਾ ਕੇ ਦਿਖਾ ਦੇ ਖੜਾ ਹੋ ਕੇ ਮੂਲ ਵੇੜਿਆ ਕਿਵੇਂ ਰੋਲ ਨਾਲ ਕਰ ਲਾ ਸਾਫ ਤੂੰ ਕਰਕੇ ਦੇਣਾ ਸੀ ਸਾਫ ਕਰ ਦੂੰਗੀ ਮੈਂ ਪਾ ਕੇ ਤਾਂ ਦਿਖਾ ਦੇ ਹੈਗੇ ਤਾਂ ਘਰੇ ਬਲੈਕ ਛੋਟਾ ਬੱਚਿਆਂ ਵਾਲਾ ਬਸ ਬੇਸ਼ਰਮ ਬੰਦਾ ਗਾਈਸ ਇਹਦੇ ਚਾਹ ਹੈਗੀ ਆ ਧੁੱਪ ਤੋਂ ਬਚਾਉਣ ਵਾਸਤੇ ਤੈਨੂੰ ਪੈਂਟ ਲੱਗਿਆ ਸੀ ਪਿੱਛੇ ਉਹ ਬਲੈਕ ਲਿਆ ਸਹੀ ਆਈ ਹੈ ਗ੍ਰੀਨ ਵੈਨ ਹੁਸੈਨ ਦੀ ਤੇ ਹੋਰ 1400 ਦੀ ਆਈ ਹੈ ਪਹਾੜਾਂ ਤੇ ਪਾ ਲਈ ਵੀਰਾ ਕਹਿੰਦਾ ਉੱਥੇ ਇਹੀ ਕੰਮ ਆਉਣਗੇ ਦੋ ਲਾ ਜਾ ਵੀਰਾ ਕਹਿੰਦਾ ਤਿੰਨੋਂ ਦੇ ਦਾ ਤਿੰਨ ਕਲਰ ਸੀਗੇ ਇੱਕ ਬਲੈਕ ਸੀਗਾ ਇੱਕ ਇੱਕ ਆਹ ਸੀਗਾ ਤੇ ਇੱਕ ਉਹ ਸੀਗਾ ਚੋਕਲੇਟ ਜਿਹਾ ਪਾ ਲਈ ਦੇਖੀ ਚਾੜ ਲਈ ਨਵੀਂ ਕੌਣ ਆ ਤਰਦੇਵ ਜੱਸੜ ਦਾ ਫੇਰ ਫੋਨ ਆ ਗਿਆ ਹੈਲੋ ਜੀ ਕਿਵੇਂ ਹੋ ਜੀ ਹੈਲੋ ਜੀ ਠਹਿਰ ਕੇ ਗੱਲ ਕਰੀ ਅਸੀਂ ਵਲੌਗ ਬਣਾਈ ਜਾਂਦੇ ਆ ਠਹਿਰ ਕੇ ਵੀਰੇ ਅਸੀਂ ਬਿਜ਼ੀ ਆ ਬਸ ਆ ਫੋਨ ਆਇਆ ਨਾ ਗੱਲ ਕਰ ਹੈਲੋ ਜੀ ਦੱਸੇ ਮੈਨੂੰ ਗਾਣੇ ਚ ਲੈ ਲਓ ਮੈਨੂੰ ਗਾਣੇ ਚ ਲੈ ਲਓ ਜੀ ਕੱਟ ਗਿਆ ਕਹਿੰਦਾ ਕਮਲੀ ਇਹਨੂੰ ਲੈਣਾ ਗਾਣੇ ਕਹਿੰਦਾ ਜੈਬੂ ਬੜਾ ਕਹਿੰਦਾ ਕਮਲੀ ਨੂੰ ਨਹੀਂ ਲੈਣਾ ਸੀ ਫੋਨ ਹੀ ਕੱਟ ਗਿਆ ਸੈਬੂ ਸੋਚਾਂ ਚ ਪੈ ਗਿਆ ਆ ਦੇਖੋ ਗਾਈਸ ਮੇਰੇ ਪਾਈ ਦਿਖਾਇਓ ਜਨਾਬ ਜੀ ਸੈਬੂ ਦਾ ਤਾਂ ਪੂਰਾ ਹੀ ਆ ਗਿਆ ਮੰਮੀ ਅਸੀਂ ਪਾਪਾ ਦੇ ਪਿੱਛੇ ਆ ਮੈਂ ਮੇਰੇ ਪਾ ਖੁੱਲਾ ਕਰ ਦੇਗਾ ਮੇਰੀਆਂ ਚੀਜ਼ਾਂ ਖਰਾਬ ਕਰ ਦਿੰਦੇ ਆ ਗਾਈਸ ਮੈਂ ਪੈਸੇ ਲਾਉਂਦੀ ਰਹਿ ਜਾਂਦੀ ਆ ਦੇਖ ਲਓ ਕਮਲੇ ਟੱਕਰਿਆ ਮੈਨੂੰ ਕਮਲੇ ਚਲੋ ਚੱਕੋ ਖਿਲਾਰਾ ਤਿਆਰੀਆਂ ਕਰੋ ਡੈਕੋਰੇਸ਼ਨ ਸਟਾਰਟ ਹੋ ਗਈ ਭਾਈ ਮੇਰੇ ਬੂਆ ਦੇ ਬਰਥਡੇ ਦੀ ਤਿਆਰੀ ਆ 4 ਵਜਣ ਵਾਲੇ ਆ ਸੋਹਣੀ ਸੋਹਣੀ ਡੈਕੋਰੇਸ਼ਨ ਹੋ ਰਹੀ ਹੈ ਸੋਹਣੀ ਨੋਨੀ ਮੋਨੀ ਸਮੂਹ ਤੋਂ ਖਾਣਾ ਚੁੱਕਾ
ਕੀ ਕਹਿੰਦਾ ਇਹ? ਮੇਰੀ ਬੁਆ ਦਾ ਬਰਥਡੇ ਆ ਕਹਿੰਦਾ, ਮੇਰਾ ਮੁੰਡੀ ਦੁਖਦਾ ਕਹਿੰਦਾ। ਫਿਰ ਦੁਬਾਰਾ ਦੱਸ ਦੇ, ਮੇਰੀ ਬੁਆ ਦਾ ਬਰਥਡੇ ਆ, ਮੇਰਾ ਮੁੰਡੀ ਦੁਖਦਾ। ਬੁਆ ਲਾ ਲਈ ਬੁਆ ਇਹਨਾਂ ਨੇ, ਹਰੇ ਜਨਮ ਦਿਨ ਵਗੈਰਾ ਦੀ ਇੱਕ ਤਾਂ ਲਾ ਲਈ। ਮੇਰੇ ਬਰਥਡੇ ਤੇ ਆਣਗੇ, ਮੇਰੇ ਬਰਥਡੇ ਤੇ ਆਣਗੇ, ਪਾਪਾ ਦੇ ਬਰਥਡੇ ਤੇ। ਸ਼ੂਜ਼ ਵੀ ਪਾਏ ਜਾਂਦੇ, ਨਹੀਂ ਤਾਂ ਪੈਰ ਮੱਚ ਜਾਂਦੇ। ਉਹਦੇ ਚ ਵੀ ਅਧਰਾਜ ਪਾਪਾ ਦਾ ਪਰਸ ਕੱਢ ਦੇ, ਕੱਪੜਿਆਂ ਚ ਪਰਸ ਲੱਭੀ ਜਾਂਦੇ। ਦੇਖ ਲਓ ਹਾਲ, ਦੇਖ ਲਓ ਹਾਲ, ਹਾਲ ਦੇਖ ਲਓ ਤੁਸੀਂ ਗਾਈਸ, ਹਾਲ ਮੇਰੇ ਘਰ ਵਾਲੇ ਦਾ। ਆਪਾਂ ਚੱਲਿਆ ਗਾਈਸ ਜਣ ਖਾਣ ਪੀਣ ਦਾ ਸਮਾਨ ਲੈਣ। ਸ਼ਾਮ ਨੂੰ 7 ਵਜੇ ਦਾ ਟਾਈਮ ਦੇ ਤਾ ਗਲੀ ਵਾਲੇ, ਕਹਿੰਦੇ ਸ਼ਾਮ ਨੂੰ ਆਵਾਂਗੇ 7 ਵਜੇ, ਮੌਸਮ ਠੰਡਾ ਹੋ ਜਾਊਗਾ। ਗੁਨੂੰ ਮੇਰੀ ਵਾਚ ਲੈ ਕੇ ਆ, ਕਹਿੰਦੇ ਹਜੇ ਬੱਚੇ ਸੁੱਤੇ ਪਏ ਆ, ਅੱਧੇ ਡਿਊਟੀਆਂ ਲੱਗੀਆਂ ਹੋਈਆਂ ਗੀਆਂ, ਵੋਟਾਂ 'ਚ ਉੱਧਰ ਗਏ ਹੋਏ ਆ। 7 ਵਜੇ ਦਾ ਟਾਈਮ ਰੱਖੋ ਭਾਈ, 7 ਵਜੇ ਦਾ। ਤਾਂ ਫਿਰ ਹੁਣ ਆਪਾਂ 6 ਤੋਂ ਕੈਂਸਲ ਕਰਕੇ 7 ਕਰਤਾ, ਪਹੁੰਚੋ ਜੀ ਸਾਰੇ ਜਾਣੇ 7 ਵਜੇ। ਲਓ ਜੀ ਕੇਕ ਬੁੱਕ ਕਰਾਉਣਾ ਸੀ, ਆਪਾਂ ਕੇਕ ਬੁੱਕ ਕਰਾਤਾ, ਬਣਨ ਵਾਸਤੇ ਦੇ ਤਾ ਨਵਾਂ ਕੇਕ, ਅਤੇ ਉਹ ਤੁਹਾਨੂੰ ਉਹਦੀ ਦਿਖਾਵਾਂਗੇ ਜਦੋਂ ਕੇਕ ਕੱਟਿਆ ਆਪਾਂ, ਉਦੋਂ ਹੀ ਦਿਖਾਵਾਂਗੇ। ਅਤੇ ਕੇਕ ਬੁੱਕ ਹੋ ਗਿਆ, ਚਲੋ ਚਲੀਏ। ਲਓ ਜੀ ਗੁੰਨੂ ਨੇ ਔਡਰ ਦਿੱਤਾ ਆਪਦੇ ਬੂਆ ਦੇ ਬੜੇ ਦਾ, ਖਾਣ ਪੀਣ ਦਾ। ਕੇਕ ਆਪਾਂ ਹੋਰ ਕਿਤੋਂ ਲਿੱਤਾ, ਪੇਸਟਰੀ ਆਪਾਂ ਹੋਰ ਕਿਤੋਂ ਲਿੱਤੀ ਹੈ, ਅਲੱਗ ਅਲੱਗ ਜਗ੍ਹਾ ਤੋਂ ਲਿੱਤਿਆ ਸਾਰਾ ਸਮਾਨ। ਹੋਰ ਕੁਛ ਲੈਣਾ? ਕਿਹਨੇ ਕਿਹਨੇ ਆ ਪੁਰਾਣੀਆਂ ਫਿਲਮਾਂ ਦੇਖੀਆਂ ਹੋਈਆਂ, ਜਸਵੀਰ ਜੀ ਦੱਸਣਗੇ ਕਿਹਨੇ ਕਿਹਨੇ ਦੇਖੀਆਂ। ਥੰਬਸ ਅਪ ਦੇ ਦੋ, ਦੋ ਥੰਬਸ ਅਪ। ਚਲ ਲਿਫਾਫਾ ਕਿੱਡੀ ਸਪੀਡ ਫੜੀ ਆ ਬਈਆ ਦੇ ਪਿੱਛੇ, ਬਸ ਬਸ ਹੌਲੀ ਹੋ ਜਾ, ਐਡੀ ਸਪੀਡ ਫੜੀ ਆ, ਹੱਥ ਨੀ ਲਾਉਂਦੇ ਹੁੰਦੇ ਗੇ। ਕਿਆ ਬਾਤ ਹੈ, ਉਹਨੂੰ ਤਾਂ ਕੱਪ ਇੱਥੇ ਰੱਖਦਾ ਸੀ ਫ੍ਰਿਜ ਦੇ ਉੱਪਰ, ਫੁੱਲ ਫੁੱਲ ਸਮਾਨ ਲਿਆ ਜੀ, ਹੋਰ ਕੇਕ ਰਹਿੰਦਾ ਅਜੇ, ਆਉਂਦਾ ਪਿਆ ਮੇਰੀ ਭੈਣ ਦਾ ਫੋਨ ਆਇਆ ਸੀਗਾ, ਉਦੋਂ ਮੈਂ
ਮੋਟਰਸਾਈਕਲ ਚਲਾਈ ਜਾਂਦਾ ਸੀਗਾ। ਮੇਰੀ ਭੈਣ ਦਾ ਬਰਥਡੇ, ਮੈਨੂੰ ਗੋਡੇ ਗੋਡੇ ਚਾ। ਗੱਡੀ ਚਲਾਈ ਜਾਂਦੀ ਹੈ ਨਨਾਣ ਤੁਹਾਡੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਪੱਖਾ ਬੰਦ ਕਰ, ਵੇਟ ਦੂਜੇ ਮੋਬਾਈਲ ਤੋਂ ਕਰਦੇ ਆ। ਇੱਧਰ ਸੂਟਾਂ ਦੀ ਗੱਲਾਂ ਚੱਲਦੀਆਂ ਰਹਿੰਦੀਆਂ। ਸੂਟ 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 ਸੂਟ, ਇਹਨਾਂ ਦੇ ਸੂਟ ਹੀ ਰਹਿੰਦੇ ਆ ਲੇਡੀਜ਼ ਦੇ, ਸੂਟ ਹੀ ਸੂਟ ਹੀ ਨਹੀਂ ਲੋਟ ਆਉਂਦੇ। ਸੂਟ 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 ਹੋ ਗਿਆ। ਇੱਧਰ ਵੀ ਨਹੀਂ ਵੀਡੀਓ ਆਉਂਦੇ, ਰੁਕ ਕੇ ਕਰਦੀਆਂ ਕਹਿੰਦੇ। ਵਧਾਈਆਂ ਤੁਹਾਨੂੰ ਕੁੜੀ ਦੇ ਜਨਮ ਦਿੰਦੇ ਆ। ਹੈਪੀ ਬਰਥਡੇ ਕਹਿ ਦੋ ਨੇਹਾ ਨੂੰ, ਬੋਲ ਕੇ ਹੈਪੀ ਬਰਥਡੇ। ਕਿਆ ਹੈਪੀ ਬਰਥਡੇ ਨੇਹਾ, ਬੋਲ ਕੇ ਆਏ ਕਰਕੇ ਹੈਪੀ ਬਰਥਡੇ, ਹੱਥ ਕਰ ਦੋ ਆਏ। ਹੈਪੀ ਬਰਥਡੇ, ਹੈਪੀ ਬਰਥਡੇ, ਕਲੈਪਿੰਗ ਕਰ ਦੋ, ਤਾੜੀ ਮਾਰ ਕੇ ਕਹੋ ਹੈਪੀ ਬਰਥਡੇ। ਤਾੜੀ ਮਾਰੋ, ਤਾੜੀ ਜ਼ੋਰ ਦੀ। ਉਹਨੂੰ ਮਾਰੀ ਕਿਵੇਂ ਮਾਰਦੇ ਹੁੰਦੇ ਆ, ਤਾੜੀ ਮਾਰ ਕੇ ਹੈਪੀ ਹੈਪੀ ਬਰਥਡੇ, ਹੈਪੀ ਬਰਥਡੇ, ਹੈਪੀ ਬਰਥਡੇ। ਬਾਪੂ ਨੇ ਵੀ ਕਰਤੀ ਤਾੜੀਆਂ ਮਾਰ ਕੇ। ਪਹੁੰਚ ਗਿਆ, ਘਰੋਂ ਚੱਲਿਆ ਅਜੇ। ਅੱਛਾ ਤੇਰਾ ਜਨਮਦਿਨ ਹੈ, ਅਸੀਂ ਤੇਰੇ ਜਨਮਦਿਨ ਦੀਆਂ ਪੂਰੀਆਂ ਤਿਆਰੀਆਂ ਕਰੀ ਜਾਂਦੇ ਜ਼ੋਰਾਂ ਸ਼ੋਰਾਂ ਤੇ। ਖੈਰ ਤੂੰ ਵੀ ਬਣਾਏਂਗੀ, ਸਾਨੂੰ ਡੇਢੀ ਵੀਡੀਓ ਬਣਾ ਕੇ ਭੇਜ ਦੇ, ਅਸੀਂ ਵਿੱਚ ਐਡ ਕਰ ਦਾਂਗੇ ਜਦੋਂ ਕੇਕ ਕੱਟਿਆ ਕੈਨੇਡਾ ਵਾਲਾ। ਕਿਉਂ ਨਹੀਂ ਆਏਗਾ, ਮਿਹੀ ਲੈ ਕੇ ਆਊਗਾ ਕੇਕ। ਇਹ ਚੱਕਰ ਪੈਂਦਾ ਬਾਹਰ ਵੀ ਕੰਮਾਂ ਕਾਰਾਂ ਦਾ, ਵਿਚਾਰਿਆਂ ਦਾ ਸਾਰਾ ਦਿਨ ਕੰਮ ਕਾਰ ਕਰਦੇ ਆ, ਰਾਤ ਨੂੰ ਇਕੱਲਾ ਸੌਣ ਹੀ ਆਉਂਦੇ ਆ, ਮਿਹਨਤਾਂ ਜਾ ਰਹੀਆਂ ਬਾਹਰ ਲੈਂਦੀਆਂ। ਮੇਰੀ ਭੈਣ ਦਾ ਬਰਥਡੇ, ਮੈਨੂੰ ਗੋਡੇ ਗੋਡੇ ਚਾ। ਮੇਰੀ ਭੈਣ ਦਾ ਬਰਥਡੇ, ਮੈਨੂੰ ਗੋਡੇ ਗੋਡੇ ਚਾ। ਹੈਪੀ ਬਰਥਡੇ, ਇਮੋਸ਼ਨਲ ਹੋ ਗਿਆ ਉਹ। ਆਈ ਤੇ ਆਈ ਬੋਲੋ, ਬੰਦ ਹੋ ਜੋ, ਇੱਥੇ ਮੂਰੇ ਹੱਥ ਆ ਗਿਆ, ਆ ਸੀ ਬੋਲੋ ਹੈਪੀ ਬਰਥਡੇ। ਤਾੜੀਆਂ ਮਾਰੋ, ਤਾੜੀਆਂ, ਹੈਪੀ ਬਰਥਡੇ, ਤਾੜੀਆਂ ਮਾਰ ਕੇ ਤਾੜੀ, ਕਲੈਪਿੰਗ ਕਰੋ, ਕਲੈਪਿੰਗ ਕਲੈਪਿੰਗ। ਓਏ ਨੈਟ ਤੇ ਵੀਡੀਓ ਪਹੁੰਚ ਜਾਊਗੀ। ਬਿਠਾਈਓ ਬਿਠਾਈਓ, ਕਲੈਪਿੰਗ ਕਰ ਦਿਓ, ਕਲੈਪਿੰਗ 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 ਕਰੋ। ਉਧਰ ਦੇਖੋ ਨੇ ਆ ਗਏ ਨੇ, ਹੈਪੀ ਬਰਥਡੇ, ਤਾੜੀਆਂ ਮਾਰੋ, ਹੈਲੋ ਕਰ ਦਿਓ, ਹੈਲੋ ਕਰ ਦਿਓ। ਚਲ ਡੈਡੀ
ਨਹੀਂ ਬੰਦ ਕਰਕੇ ਬੈਠੇ ਰਹਿੰਦੇ ਆ। ਬੋਲੋ ਨੇਹਾ ਦਿਖਦੀ ਆ? ਹਾਂ ਨੇਹਾ ਦਿਖਦੀ ਆ। ਠੀਕ ਹੈ ਚਲ ਪਹੁੰਚ ਜਾ। ਲੋ ਜੀ ਕੇਕ ਆਉਣਾ ਸੀ, ਆਪਣਾ ਕੇਕ ਵੀ ਆ ਗਿਆ ਬਣ ਕੇ, ਸਪੈਸ਼ਲ ਬਣਵਾਇਆ ਆਪਾਂ। ਫੜ ਨਾ ਸਫਾਰੀ, ਆਓ ਸਫਾਰੀ। ਥੈਂਕ ਯੂ ਭਾਜੀ। ਹਾਂ ਦੇਖਦੇ ਪਾਣੀ ਪੂਣੀ ਪੀਣਾ ਵਾ, ਕੋਈ ਨਾ, ਥੈਂਕ ਯੂ। ਚਲੋ ਜੀ ਤੁਹਾਨੂੰ ਕੇਕ ਦਿਖਾ ਦਈਏ, ਕਿਆ ਕੇਕ ਦਿਖਾ ਦਈਏ। ਨਵੇਂ ਕੇਕ ਵਾਲੇ ਤੋਂ ਬਣਾਇਆ, ਬਟ ਬਹੁਤ ਸੋਹਣਾ ਬਣਿਆ। ਪਰ ਉਹ ਕਿਵੇਂ ਲੱਗਾ? ਸੋਹਣਾ ਬਣਾਇਆ ਨਾ, ਉਮੀਦ ਤੋਂ ਵੱਧ ਸੋਹਣਾ ਬਣਾਤਾ। ਬਾਕੀ ਖਾ ਕੇ ਦੱਸਾਂਗੇ ਰਿਵਿਊ ਫਸਟ ਟਾਈਮ। ਯੈਸ। ਲਓ ਜੀ ਸਾਡੀ ਕੁੜੀ ਦਾ ਕੇਕ ਦੇਖੋ, ਸੋਹਣਾ ਹੈ। ਸਾਰੇ ਜਾਣੇ ਆ ਗਏ, ਥੋੜ੍ਹੇ ਜਾਣੇ ਰਹਿ ਗਏ। ਉਹਨਾਂ ਦੀ ਡਿਊਟੀ ਲੱਗੀ ਹੋਈ ਆ ਵੋਟਾਂ 'ਚ, ਬਿਕੋਜ਼ ਕੱਲ੍ਹ ਨੂੰ ਵੋਟਾਂ ਪੈਣੀਆਂ ਅਤੇ ਉਹਨਾਂ ਦੀ ਡਿਊਟੀ ਆ ਵੋਟਾਂ 'ਤੇ। ਕੇਕ ਦਿਖਾ ਦਿਓ ਸਾਰੇ ਬਸ। ਅੱਗੇ ਆਪਾਂ ਲੋਕਾਂ ਘਰੇ ਪਾਰਟੀ ਕਰਦੇ ਹੁੰਦੇ, ਲੋਕਾਂ ਘਰੇ ਮੀਨਸ ਆਪਣੇ ਗੁਆਂਢੀਆਂ ਘਰੇ ਕਰਦੇ ਹੁੰਦੇ ਹਾਂ, ਅੱਜ ਆਪਣੇ ਘਰੇ ਪਾਰਟੀ ਆ ਭਾਈ। ਲਓ ਜੀ ਸਾਰੀ ਫੈਮਲੀ ਇਕੱਠੀ ਹੋ ਗਈ। ਹੁਣ ਉੱਪਰ ਰੱਖ, ਉੱਪਰ ਰੱਖ, ਇਹਦੇ ਹੱਥ ਪਰੇ ਕਰ, ਲਾਦਾ ਉੱਪਰਲਾ ਹੱਥ ਪਰੇ ਕਰ। ਡਰ ਗਏ, ਡਰ ਗਏ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਸਾਰੇ ਹੱਥ ਪਾ ਲਓ, ਸਾਰੇ ਹੱਥ। ਮਾਣਾ ਵੀ ਏਸੀ ਥੱਲੇ ਕਰਦੇ। ਖਵਾ ਦੇ ਖਵਾ ਦੇ ਥੋੜਾ ਜਿਹਾ। ਹਾਂ ਓ ਵੈਰੀ ਗੁੱਡ, ਤਾੜੀਆਂ 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 ਤਾੜੀਆਂ। ਚਲੋ ਜਾਓ ਮੰਮੀ ਤੁਸੀਂ ਖਾ ਲਓ, ਉੱਧਰ ਫੋਟੋ ਕਰਾ ਲਓ। ਰੌਣਕ ਮੇਲਾ ਲੱਗ ਗਿਆ ਭਾਈ ਘਰੇ ਸਾਡੇ, ਰੌਣਕ ਮੇਲਾ।
ਵੀ ਫੋਟੋ ਇਹ ਐਡਵੋਕੇਟ ਅੰਕਲ ਜੀ ਆ ਬੱਚੇ ਇਹਨਾਂ ਦੇ ਜਿਹੜੇ ਭੰਗੜਾ ਪਾਉਂਦੇ ਹੁੰਦੇ ਆਪਣੇ ਨਾਲ ਗੁਰੂ ਡਰ ਗਈ ਨਹੀਂ ਨਹੀਂ ਬਸ ਦਾਦੂ ਨੂੰ ਪਾਇਆ ਅੰਕਲ ਦਾਦੂ ਨੂੰ ਪਾਇਆ ਦਾਦੂ ਨੂੰ ਪਾ ਕੇ ਹਾਂ ਕੇਕ ਲੈ ਜਾ ਫੋਟੋ ਹੋ ਜਾਊਗੀ ਫੋਟੋ ਹੋ ਜਾਊਗੀ ਲਓ ਜੀ ਬਾਪੂ ਨਾਲ ਕਰਾਈਏ ਆਪਾਂ ਕੇਕ ਸੋਹਣਾ ਮੂੰਹ ਬੰਦ ਕਰੋ ਸੋਹਣਾ ਕੇਕ ਸੋਹਣਾ ਮੂੰਹ ਸਾਫ ਕਰ ਲਓ ਉੱਪਰ ਡੈਡੀ ਉੱਪਰ ਦੇਖ ਕੇ ਉੱਪਰ ਹਾਂ ਕੋਈ ਯੈਸ ਗਾਇਸ ਹੈਲੋ ਗਾਇਸ ਤੁਹਾਨੂੰ ਅਸੀਂ ਰੀਅਲ ਦੇ ਵਿੱਚ ਪੋਪਟ ਲੈ ਦਿਖਾਈ ਹੈ ਉਹ ਦੇਖੋ ਸਾਡੀ ਮਾਸੀ ਨੂੰ ਪੋਪਟ ਲੈ ਬਿਠਾਈ ਖੜਾ ਸ਼ਰਲ ਵੀ ਦਿਖਾਵਾ ਪਹਿਲਾ ਪੋਪਟ ਲਾਲ ਸੀ ਹੁਣ ਤਾਂ ਨੀ ਪੋਪਟ ਲਾਲ ਮਾਨਵ ਡਰ ਗਿਆ ਬੱਚਾ ਪਾਰਟੀ ਅੰਦਰ ਤੇ ਵੱਡਾ ਪਾਰਟੀ ਬਾਹਰ ਖਾਲਾ ਖਾਲਾ ਰਿੰਕੀ ਖਾਲਾ ਖਾਲਾ ਹੁਣ ਆ ਗਈ ਖੀਰ ਦੀ ਵਾਰੀ ਖੀਰ ਦੀ ਵਾਰੀ ਮੈਂ ਦੇ ਗਿਆ ਵਾ ਤੁਸੀਂ ਬੈਠੋ ਖਾਣ ਖੀਰ ਵਰਤਾ ਰਿਹਾ ਭਾਈ ਖੀਰ ਖੀਰ ਆ ਖੀਰ ਖਾਲੋ ਖੜ ਜਾ ਪੱਖਾ ਬੰਦ ਹਾਂਜੀ ਨੇਹਾ ਬੇਟਾ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਪਰਮਾਤਮਾ ਕਰੇ ਅਰਦਾਸ ਹੈ ਮੇਰੀ ਪਰਮਾਤਮਾ ਅੱਗੇ ਤੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਤੇਰਾ ਨਾਲ ਮਾਂ ਬਾਪ ਵੀ ਬਹੁਤ ਰੂਹ ਖੁਸ਼ ਹੋਈ ਹੈ ਅਸੀਂ ਦਿਲੋਂ ਜਿਹੜਾ ਇਹ ਮਨਾਇਆ ਗਾ ਬਰਥਡੇ ਤੇਰਾ ਅਤੇ ਬਹੁਤ ਕੁਛ ਇਹਨਾਂ ਨੇ ਮੰਗਾ ਕੇ ਰੱਖਿਆ ਅਤੇ ਤੈਨੂੰ ਬਹੁਤ ਬਹੁਤ ਵਧਾਈ ਹੋਵੇ ਜਨਮ ਦਿਨ ਦੀ ਥੈਂਕ ਯੂ ਥੈਂਕ ਯੂ ਆ ਗਈ ਇੱਧਰ ਸਾਰਿਆਂ ਨੂੰ ਬਾਈ ਨੂੰ ਦੇ
ਕੀ ਖਾਂਦੀ ਹੈ? ਖੀਰ? ਹਾਂ ਇਹਦਾ ਅਜੇ ਅਨਪ੍ਰੈਸ਼ਨ ਹੋ ਰਿਹਾ। ਹਾਂ ਫਸਟ ਟਾਈਮ ਮੰਨ ਖਾ ਰਹੀ ਹੈ। ਅੱਛਾ ਫਸਟ ਟਾਈਮ? ਲਓ ਜੀ ਸਾਡੇ ਘਰੇ। ਉਹ ਵੀ ਸਾਡੇ ਘਰੇ ਨੀਹਾ ਦੇ ਬਰਥਡੇ ਤੇ ਹਨਾ। ਹਾਂ ਸਭ ਵਧੀਆ ਕਰ ਰਿਹਾ। ਉਹ ਮੁੰਨਾ ਮੁੰਨਾ ਖੀਰ ਬਾਏ ਹੈਪੀ ਬਰਥਡੇ ਬੁਆ ਬੋਲੋ। ਉਹਦਾ ਹੁਣ ਕੀ ਚੀਜ਼ ਹੈ? ਨਵੀਂ ਜੀ ਚੀਜ਼ ਮਿਲ ਗਈ ਹੈ। ਲੈ ਲਓ ਸਿਮਾ ਨੂੰ ਵੀ ਦੇ ਦੇ ਬੰਟੀ ਨੂੰ। ਹਾਂ ਮੈਂ ਲੈਣੀ ਹੈ। ਹੈਲੋ ਹਾਂ ਮਸਤ ਅੱਜ ਪਹਿਲੀ ਵਾਰੀ ਮੂੰਹ ਪਿਆ ਉਹਦੀ ਖੀਰ ਹੈ। ਉਹ ਵੀ ਖੀਰ ਗਈ ਆ। ਉਹ ਫਸਟ ਟਾਈਮ ਖਾਧਾ ਉਹਨੇ ਅੰਨ ਕਹਿੰਦੇ ਖੀਰ, ਨਾਲੇ ਉਹ ਵੀ ਆਪਣੇ ਘਰੇ ਖਾਣ ਲੱਗੇ ਆ। ਕਹਿੰਦੇ ਪਹਿਲਾਂ ਖੀਰ ਖਾਈਏ ਕਿ ਕੋਲਡ ਡਰਿੰਕ ਪੀਏ? ਮੈਂ ਕਿ ਅੰਦਰ ਜਾ ਕੇ ਮਿਕਸ ਹੋ ਜਾਣਾ, ਜੋ ਮਰਜ਼ੀ ਖਾ ਲਓ। ਖਾਂਸੀ ਕਰ ਕਰ ਇਹ ਕਰਦੀ ਹੈ। ਮਾਨਵ ਕਰਦਾ ਆ ਗੁੱਲੂ ਦਾ ਆਇਆ, ਜਦੋਂ ਸੋ ਜਾਈਏ ਨਾ ਅਸੀਂ ਇਹ ਉਦੋਂ ਚੱਲਦੀ ਹੈ, ਸਾਰੀ ਰਾਤ ਖਰਾਬ ਕਰ ਦਿੰਦੀ ਹੈ। ਹਾਂ ਹੌਲੀ 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 ਜਵਾਕਾਂ ਦਾ ਜੈਸ ਹੋ ਗਿਆ ਕੋਕ ਦਾ ਭਾਈ। ਹਾਂ ਚਲੋ ਜੀ ਰੌਣਕ ਮੇਲਾ ਚੱਲਿਆ ਵਾਪਸ, ਪਾਰਟੀ ਹੋ ਗਈ ਅਤੇ ਰੌਣਕ ਮੇਲਾ ਹੁਣ ਸੁੰਨਸਾਨ ਹੋ ਜੂ ਘਰ। ਤੂੰ ਕਿੱਧਰੋਂ ਆਈ ਜਾਂਦਾ ਵੇ? ਚਲੋ ਬਾਏ ਬਾਏ ਥੈਂਕ ਯੂ ਬਾਏ। ਚਲੋ ਜੀ ਸਾਰੇ ਖੁਸ਼ੀ ਖੁਸ਼ੀ ਚਲੇ ਗਏ ਸਾਰੇ। ਹਾਂ ਸਾਡੇ ਯਾਦਵਿੰਦਰ ਦਾਦੀ ਵੀ ਆ ਗਈ ਜਵਾਕਾਂ ਦੀ, ਉਹ ਹੁਣ ਆਇਆ ਡਿਊਟੀ ਤੋਂ, ਗੇਟ ਖੁੱਲ੍ਹਾ ਹੁਣ ਅਤੇ ਉਹ ਆਉਂਦੇ ਘਰੇ। ਲਓ ਜੀ ਅਸੀਂ ਸਾਰਿਆਂ ਨੂੰ ਬਰਥਡੇ ਪਾਰਟੀ ਕਰਕੇ ਸੜਕਾਂ 'ਤੇ ਸੈਰ ਕਰਦੇ ਫਿਰਦੇ, ਹਸਬੈਂਡ ਵਾਈਫ ਘੁੰਮਦੇ ਫਿਰਦੇ ਆ। ਜਨਾਬ ਜੀ ਨੂੰ ਹੋ ਰਹੀ ਸੀ ਘਬਰਾਹਟ, ਕਿਆ ਦੌੜੀ ਜੀ ਮੈਂ ਦਵਾਈ ਹੋਰ ਲੈ ਲਈ, ਅਤੇ ਸੈਬੂ ਨੇ ਖਾਣਾ ਪਨੀਰ, ਪਨੀਰ ਲਿਆ ਕੇ ਦਿਓ ਕਹਿੰਦਾ ਮੈਨੂੰ, ਹਜੇ ਮੇਰਾ ਢਿੱਡ ਨਹੀਂ ਭਰਿਆ, ਅਤੇ ਸੈਬੂ ਵਾਸਤੇ ਪਨੀਰ ਟਿੱਕਾ ਲੈਣਾ ਆ, ਅਤੇ ਜਨਾਬ ਜੀ ਵਾਸਤੇ ਮੈਡੀਸਨ। ਘੁੰਮਦੇ ਘੁੰਮਾਉਂਦੇ ਅਸੀਂ, ਪਹਿਲੀ ਵਾਰੀ ਤੁਰਦੇ ਦੇਖਿਆ ਹੁਣ, ਰੈੱਡ ਲਾਈਟ ਤੋਂ ਟੱਪਣਾ ਬਹੁਤ ਔਖਾ, ਬਹੁਤ ਤੇਜ਼ ਜਾਂਦੇ ਆ ਲੋਕ, ਬੁਲਟ ਸਾਡਾ ਉੱਥੇ ਖੜ੍ਹਾ। ਅਸੀਂ ਆਰਡਰ ਦੇ ਕੇ ਮੈਡੀਸਨ ਲੈਣ ਜਾ ਵੜੇ ਸੀ। ਇਹ ਤਾਂ ਉਹ ਜਨ ਸ਼ੁੱਧੀ ਵਾਲੇ ਆ, ਇਹਨਾਂ ਕੋਲ ਅੱਧੀਆਂ ਹੁੰਦੀਆਂ ਨੀ। ਹੋ ਕਹਿੰਦੇ ਕਹਿੰਦੇ ਪਾਰਟੀ ਕਾਰਟੀ ਪਾਰਟੀ ਸ਼ਾਰਟੀ ਸ਼ੁਰੂ ਹੋ ਗਈ। ਸਮੋਸਾ ਤਾਂ ਅਸੀਂ ਛੱਕ ਲਿਆ। ਹਾਂ ਇਹਨਾਂ ਦੇ KFC ਅਤੇ ਆ ਇੱਧਰ ਸਾਡਾ ਪਨੀਰ ਟਿੱਕਾ ਸਾਦਾ ਜਿਹਾ, ਸਮੋਸਾ ਅਸੀਂ ਛੱਕ ਲਿਆ। ਉਹ ਪਈ ਸਾਡੀ ਪਲੇਟ, ਗਲਤ ਨਾ ਸਮਝ ਜੇ। ਹਾਂ ਮੈਂ ਸਮੋਸਾ ਖਾ ਲੈਂਦੀ ਹਾਂ, ਮੈਂ ਦੂਜਾ ਸਮੋਸਾ ਲੈ ਦੂਜਾ। ਪਹਿਲਾਂ ਵੀ ਤਾਂ ਖਾਦਾ ਹੈ। ਤੇ ਤਾਂ ਕਹਿੰਦੇ ਦੂਜਾ ਸਮੋਸਾ ਕਿਉਂ ਵਾਈਟ ਵਾਲੀ ਨਹੀਂ ਹੁੰਦੀ ਲੱਗਦੀ?
ਕਿੱਡਾ ਸੋਹਣਾ ਆ ਰਿਹਾ ਪਨੀਰ ਟਿੱਕਾ। ਕੇਕ ਅਸੀਂ ਇੱਧਰ ਖਾ ਲਿਆ ਤੇ ਇੱਧਰ ਸੈਬੂ ਦਾ ਕੇਐਫਸੀ ਆਊਗਾ। ਸੈਬੂ ਆਊਗਾ, ਭੁੱਖ ਲੱਗੀ, ਪਾਣੀ ਪੀਣਾ ਹੈ। ਕੋਕ ਪੀਣਾ ਹੈ, ਜਾਣ ਕੇ ਕਰਦੇ ਹੋ ਤੁਸੀਂ। ਪਾਣੀ ਨਹੀਂ ਮਿਲੂਗਾ, ਕੋਕ ਨਹੀਂ ਮਿਲੂਗਾ, ਪਾਣੀ ਪੀ ਲਓ। ਕੋਕ ਨਾ ਨਾ ਕੋਕ, ਪਾਪਾ ਨੇ ਕਿਹਾ ਕੋਕ ਲੈ ਜਾਣਾ, ਮਿਕਸ ਹੋ ਜੂ ਫਿਰ। ਮੈਂ ਤਾਂ ਉਹੀ ਕਹਿ ਦਿੰਦਾ ਤੁਸੀਂ ਉਹੜੇ ਬੋਲਿਆ। ਕਰ ਦੋ ਕਰ ਦੋ, ਇਹਨੂੰ ਜਾਰਾ ਆਇਆ, ਚੱਕ ਦੋ। ਹਲੋ ਗਾਈਸ, ਪਹਿਲਾ ਪੀਸ ਤੁਹਾਡਾ। 1 ਵਜਣ ਵਾਲਾ ਹੁਣ, ਇਸ ਤੋਂ ਬਾਅਦ ਅਸੀਂ ਵਲੌਗ ਐਡਿਟ ਕਰਾਂਗੇ। ਜਵਾਕ ਸਾਡਾ ਹੀ ਸੌ ਗਏ ਤੇ ਮੈਡਮ ਵੀ ਸੌਣ ਲੱਗੀ ਹੈ, ਮੈਂ ਰਹਿ ਗਿਆ ਇਕੱਲਾ। ਵਿਸ਼ੇਸ ਆਈਆਂ ਇੰਨੀਆਂ ਸੋਹਣੀਆਂ ਤੇ ਕਹਿਣਾ ਚਾਹੋਗੇ ਕੁਛ? ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਸੋਹਣੇ ਸੋਹਣੇ ਕਮੈਂਟ ਕਰਨ ਵਾਸਤੇ। ਕਿੱਦਾਂ ਦਾ ਲੱਗਿਆ ਸਾਡਾ ਅੱਜ ਦਾ ਵਲੌਗ? ਕਈ ਲੋਕਾਂ ਨੂੰ ਵਧੀਆ ਖੁਸ਼ੀ ਹੁੰਦੀ ਹੈ ਸਾਡੀ ਸੁਸਾਇਟੀ ਨੂੰ ਦੇਖ ਕੇ ਕਿ ਤੁਹਾਡੀ ਸੁਸਾਇਟੀ ਬਹੁਤ ਵਧੀਆ ਹੈਗੀ ਆ, ਤੁਹਾਡਾ ਏਰੀਆ ਬਹੁਤ ਵਧੀਆ ਹੈਗਾ, ਕਿ ਤੁਸੀਂ ਸਾਰੇ ਜਾਣੇ ਗਲੀ ਵਾਲੇ ਇਕੱਠੇ ਹੋ ਕੇ ਰਹਿੰਦੇ ਹਾਂ। ਅਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੀ ਗਲੀ ਦਾ ਪਿਆਰ ਇੱਦਾਂ ਹੀ ਬਣਿਆ ਰਹੇ ਅਤੇ ਇੱਦਾਂ ਹੀ ਅਸੀਂ ਪਾਰਟੀਆਂ ਕਰਦੇ ਰਹੀਏ ਅਤੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ। ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ, ਫਿਰ ਮਿਲਾਂਗੇ ਇੱਕ ਹੋਰ ਨਵੇਂ ਅਤੇ ਘੈਂਟ ਜਿਹੇ ਵਲੌਗ ਦੇ ਨਾਲ। ਬਹੁਤ ਜਲਦ ਆਪਾਂ ਪਾਰਕ ਘੁੰਮਣ ਜਾਵਾਂਗੇ, ਉਦੋਂ ਬਾਅਦ ਫਿਰ ਆਪਣੀ ਬਰਥਡੇ ਪਾਰਟੀ ਆ ਜਾਣੀ, ਬਸ ਇੱਦਾਂ ਹੀ ਚੱਲੀ ਜਾਣਾ। ਤੁਸੀਂ ਦੱਸ, ਦੇਖਦੇ ਜਾਓ, ਦੇਖਦੇ ਜਾਓ, ਦੇਖਦੇ ਜਾਓ, ਕਮੈਂਟ ਕਰਨਾ ਨਾ ਭੁੱਲਿਓ, ਕਮੈਂਟ ਸੋਹਣਾ ਜਿਹਾ ਕਮੈਂਟ ਕਰਕੇ ਜਾਇਓ ਅਤੇ ਵਲੌਗ ਦੇ ਵਿੱਚੋਂ ਕਿ ਤੁਹਾਨੂੰ ਕੀ ਵਧੀਆ ਲੱਗਿਆ। ਓਕੇ ਜੀ, ਬਾਏ ਬਾਏ, ਗੁੱਡ ਨਾਈਟ।